ਜਿਹਨੇ ਪੰਜਾਬ ਦੇ ਵਿੱਚ ਚਿੱਟਾ ਵੇਚਿਆ ਅਤੇ ਹੁਣ ਤੱਕ ਪੰਜਾਬ ਦਾ ਲਗਭਗ 30 ਲੱਖ ਨੌਜਵਾਨ ਚਿੱਟੇ ਦੇ ਨਾਲ ਮਾਰਤਾ, 30 ਲੱਖ ਸਿਵੇ ਮੱਚੇ ਨੇ ਪੰਜਾਬ ਦੇ ਵਿੱਚ। ਕਿਹੜੇ ਪੁਲਿਸ ਵਾਲੇ ਨੇ, ਕਿਹੜੇ ਲੀਡਰਾਂ ਨੇ, ਕਿਹੜੇ ਮਾਫੀਏ ਨੇ ਮਿਲ ਕੇ ਪੰਜਾਬ ਦੇ ਵਿੱਚ ਕਿਸ ਦੀ ਅਗਵਾਈ ਦੇ ਵਿੱਚ ਚਿੱਟਾ ਵਿਕਿਆ? ਉਹ ਚੌਥੀ ਰਿਪੋਰਟ ਹਾਈ ਕੋਰਟ ਖੋਲਦਾ ਨਹੀਂ ਹੈਗਾ ਜਿਹੜੇ ਕਿ 30 ਲੱਖ ਨੌਜਵਾਨਾਂ ਦੇ ਕਾਤਲ ਨੇ। ਸੋਸ਼ਲ ਮੀਡੀਆ 'ਤੇ ਕੋਈ ਇਸ ਮੁੱਦੇ 'ਤੇ ਚਰਚਾ ਨਹੀਂ ਹੁੰਦੀ ਅਤੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨਾਲ ਬਹਿਸ ਕਰਨ ਵਾਲੇ ਇਸ ਮੁੱਦੇ 'ਤੇ ਕਿਉਂ ਮੂੰਹ ਨਹੀਂ ਖੋਲਦੇ ਹੈਗੇ? ਜਿਨ੍ਹਾਂ ਦੇ ਪੁੱਤ ਚਿੱਟੇ ਨਾਲ ਮਰੇ ਨੇ, ਸਾਡਾ ਸਾਹ ਦਿਓ, ਸਾਡਾ ਸਾਹ ਦਿਓ, ਅਸੀਂ ਇੱਕ ਲੋਕ ਲਹਿਰਾਂ ਬਣਾਈਏ ਪੰਜਾਬ ਦੇ ਵਿੱਚ, ਤਾਂ ਜੋ ਪੰਜਾਬ ਨਸ਼ਿਆਂ ਦੀ ਅਤੇ ਮੌਤ ਦੀ ਮੰਡੀ ਬਣਿਆ ਹੋਇਆ ਉਸ ਨੂੰ ਅਸੀਂ ਠੱਲ ਪਾ ਸਕੀਏ। ਪੰਜਾਬੀਓ, ਜਦੋਂ ਕਿਸੇ ਦਾ ਨੌਜਵਾਨ ਪੁੱਤ ਚਿੱਟੇ ਦੇ ਨਾਲ ਮਰਦਾ, ਜਦੋਂ ਉਹਨੂੰ ਮੜੀਆਂ ਦੇ ਵਿੱਚ ਫੂਕਣ ਤੋਂ ਬਾਅਦ ਉਹਦੀ ਗੁਰਦੁਆਰਾ ਸਾਹਿਬ ਦੇ ਵਿੱਚ ਉਹਦਾ ਭੋਗ ਪੈਂਦਾ ਵਾ, ਅਰਦਾਸ ਹੁੰਦੀ ਆ ਅਤੇ ਕੀਰਤਨ ਕਰਨ ਵਾਲਾ ਇਹੀ ਸਿੱਖਿਆ ਦਿੰਦਾ ਵੀ ਇਹ ਰੱਬ ਦਾ ਭਾਣਾ ਸੀ, ਇਹ ਰੱਬ ਦਾ ਭਾਣਾ ਨਾ ਮੰਨਿਆ ਕਰੋ ਤੁਸੀਂ ਪੰਜਾਬੀਓ। ਮਰਨ ਵਾਲੇ ਦੇ ਮਾਂ ਬਾਪ ਅਤੇ ਉਹਦੇ ਸਕੇ ਸੰਬੰਧੀਓ, ਤੁਹਾਡੇ ਪੁੱਤਾਂ ਨੂੰ ਮਾਰਿਆ ਮਾਫੀਏ ਨੇ। ਜਿਹੜੀ ਹਾਈ ਕੋਰਟ ਦੇ ਵਿੱਚ ਚੌਥੀ ਰਿਪੋਰਟ ਪਈ ਆ, ਜਿਹਦੇ ਵਿੱਚ MLA, ਸਾਬਕਾ ਪੁਲਿਸ ਅਫਸਰ, ਲੀਡਰ, MP, ਕੈਬਨਿਟ ਮੰਤਰੀ, ਉਹ ਮਾਫੀਆ ਸੀਗਾ ਜਿਹਨੇ ਪੰਜਾਬ ਦੇ ਵਿੱਚ ਚਿੱਟਾ ਵੇਚਿਆ ਅਤੇ ਹੁਣ ਤੱਕ ਪੰਜਾਬ ਦਾ ਲਗਭਗ 30 ਲੱਖ ਨੌਜਵਾਨ ਚਿੱਟੇ ਦੇ ਨਾਲ ਮਾਰਤਾ, 30 ਲੱਖ ਸਿਵੇ ਮੱਚੇ ਨੇ ਪੰਜਾਬ ਦੇ ਵਿੱਚ ਅਤੇ 30 ਲੱਖ ਪਰਿਵਾਰ ਉੱਜੜੇ ਨੇ। ਜੋ ਨੌਜਵਾਨ ਜਿੰਦਾ ਰਹਿੰਦੇ ਤਾਂ ਉਹਨਾਂ ਦੇ ਕੱਲੂ ਵਿਆਹ ਹੋਣੇ ਸੀ, 1-2 ਬੱਚੇ ਹੋਣੇ, ਕਿਸੇ ਦੇ 1 ਜਵਾਕ ਹੋਣਾ ਸੀ, ਕਿਸੇ ਦੇ 2 ਜਵਾਕ ਹੋਣੇ ਸੀ, ਕਿੰਨਾ ਪੰਜਾਬ ਦੇ ਵਿੱਚ ਆਬਾਦੀ ਵਧਣੀ ਸੀ ਸਾਡੀ। ਹਰੇਕ ਕੋਈ ਸਮਾਜ ਸੇਵੀ ਉਹਦੇ 'ਤੇ ਇਲਜ਼ਾਮ ਲਾਉਂਦਾ, ਕੋਈ ਸਮਾਜ ਸੇਵੀ ਉਹਦੇ 'ਤੇ ਇਲਜ਼ਾਮ ਲਾਉਂਦਾ, ਪਰ ਕੋਈ ਇਸ ਮੁੱਦੇ 'ਤੇ ਚਰਚਾ ਨਹੀਂ ਕਰਦਾ, ਇਸ ਮੁੱਦੇ 'ਤੇ ਬਹਿਸ ਨਹੀਂ ਕਰਦਾ ਵੀ 30 ਲੱਖ ਨੌਜਵਾਨਾਂ ਦਾ ਕਾਤਲ ਕੌਣ ਆ, ਕਿਹੜੇ ਪੁਲਿਸ ਵਾਲੇ ਨੇ, ਕਿਹੜੇ ਲੀਡਰਾਂ ਨੇ, ਕਿਹੜੇ ਮਾਫੀਏ ਨੇ ਮਿਲ ਕੇ ਪੰਜਾਬ ਦੇ ਵਿੱਚ ਕਿਸ ਦੀ ਅਗਵਾਈ ਦੇ ਵਿੱਚ ਚਿੱਟਾ ਵਿਕਿਆ ਵਾ? ਤੁਸੀਂ ਜੇਲ੍ਹਾਂ ਦੇ ਵਿੱਚ ਦੇਖ ਲਓ, 2 ਗ੍ਰਾਮ, 4 ਗ੍ਰਾਮ, 5 ਗ੍ਰਾਮ, 6 ਗ੍ਰਾਮ ਵਾਲਿਆਂ ਨਾਲ ਜੇਲ੍ਹਾਂ ਭਰੀਆਂ ਪਈਆਂ ਨੇ ਪੰਜਾਬੀਓ। ਪਰ ਉਹ ਜਿਹੜੀ ਹਾਈ ਕੋਰਟ ਦੇ ਵਿੱਚ ਚੌਥੀ ਰਿਪੋਰਟ ਹੈ, ਜਿਹਦੇ ਵਿੱਚ ਕੈਬਨਿਟ ਮੰਤਰੀ, MP, MLA ਅਤੇ ਸਾਬਕਾ ਪੁਲਿਸ ਅਫਸਰ ਜਿਹੜੇ ਕਿ ਪੰਜਾਬ ਦੇ DGP ਰਹੇ ਨੇ, ਉਹ ਚੌਥੀ ਰਿਪੋਰਟ ਹਾਈ ਕੋਰਟ ਖੋਲ੍ਹਦਾ ਨਹੀਂ ਹੈਗਾ ਜਿਹੜੇ ਕਿ 30 ਲੱਖ ਨੌਜਵਾਨਾਂ ਦੇ ਕਾਤਲ ਨੇ। ਸੋਸ਼ਲ ਮੀਡੀਆ 'ਤੇ ਕੋਈ ਇਸ ਮੁੱਦੇ 'ਤੇ ਚਰਚਾ ਨਹੀਂ ਹੁੰਦੀ ਅਤੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨਾਲ ਬਹਿਸ ਕਰਨ ਵਾਲੇ ਇਸ ਮੁੱਦੇ 'ਤੇ ਕਿਉਂ ਮੂੰਹ ਨਹੀਂ ਖੋਲ੍ਹਦੇ ਹੈਗੇ? ਮੈਂ ਉਹ ਮਾਪਿਆਂ ਨੂੰ ਅਪੀਲ ਕਰਨੀ ਚਾਹੁੰਦਾ ਵਾਂ, ਉਹ 30 ਲੱਖ ਮਾਪਿਆਂ ਨੂੰ ਅਪੀਲ ਕਰਨੀ ਚਾਹੁੰਦਾ ਵਾਂ ਜਿਨ੍ਹਾਂ ਦੇ ਪੁੱਤ ਚਿੱਟੇ ਨਾ ਖਾ ਲਏ, ਤੁਸੀਂ ਚੁੱਪ ਕਰਕੇ ਨਾ ਬੈਠੋ। ਅੱਜ ਪਤਾ ਨਹੀਂ ਹੋਰ ਕਿੰਨੇ ਦੀਆਂ ਲਾਸ਼ਾਂ ਚਿੱਟੇ ਨੇ, ਕਿੰਨੇ ਹੋਰ ਨੌਜਵਾਨ ਮਾਰਨੇ ਨੇ। ਜੇ ਤੁਹਾਡੇ 30 ਲੱਖ ਪੁੱਤ ਪੰਜਾਬ ਦੇ ਮਰੇ ਨੇ, 30 ਲੱਖ ਮਾਵਾਂ ਦੀਆਂ ਗੋਦਾਂ ਸੁੰਨੀਆਂ ਹੋਈਆਂ ਨੇ, ਤੇ ਮੈਂ ਉਹ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਡਾ ਸਾਥ ਦਿਓ। ਅਸੀਂ ਪੰਜਾਬ ਦੇ ਵਿੱਚ ਅਫੀਮ ਡੋਡਿਆਂ ਦੀ ਵਕਾਲਤ ਕਰਦੇ ਹਾਂ ਵੀ ਜੇਕਰ ਚਿੱਟੇ ਦਾ ਲੱਕ ਤੋੜਨਾ ਵਾ ਤਾਂ ਦੁਨੀਆਂ ਦੇ 38 ਦੇਸ਼ਾਂ ਵਾਂਗੂ ਪੰਜਾਬ ਦੇ ਵਿੱਚ ਵੀ ਅਫੀਮ ਡੋਡੇ ਲਾਗੂ ਹੋਣੇ ਚਾਹੀਦੇ ਨੇ, ਤਾਂ ਹੀ ਅਸੀਂ ਮਾਰੂ ਨਸ਼ਿਆਂ ਨੂੰ ਖਤਮ ਕਰ ਸਕਦਾ। ਅਤੇ ਉਹਦੇ ਮਾਪਿਆਂ ਨੂੰ, ਉਹ ਨੌਜਵਾਨਾਂ ਦੇ ਮਾਪਿਆਂ ਨੂੰ ਜਿਨ੍ਹਾਂ ਦੇ ਪੁੱਤ ਚਿੱਟੇ ਨੇ ਖਾ ਲਏ, ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਸਾਡਾ ਸਾਥ ਦਿਓ। ਜਿਹੜੇ ਅੱਜ ਲੱਖਾਂ ਨੌਜਵਾਨ ਚਿੱਟੇ ਨੂੰ, ਚਿੱਟੇ ਦੀ ਵਰਤੋਂ ਕਰ ਰਹੇ ਨੇ, ਮਾਰੇ ਮਾਰੂ ਨਸ਼ਿਆਂ ਦੀ ਵਰਤੋਂ ਕਰ ਰਹੇ ਨੇ, ਜਿਨ੍ਹਾਂ ਨੇ ਤੁਹਾਡੇ ਜਵਾਨ ਪੁੱਤਾਂ ਨੂੰ ਖਾ ਲਿਆ, ਉਹਨਾਂ ਦੇ ਵਿਰੁੱਧ ਪੰਜਾਬ ਦੇ ਵਿੱਚ ਇੱਕ ਲਹਿਰ ਖੜੀ ਕਰੀਏ, ਚੌਥੀ ਰਿਪੋਰਟ ਨੂੰ ਖਲਵਾਈਏ ਜਿਹੜੇ ਕਿ ਕਾਤਲਾਂ ਦੇ ਨਾਂ ਨੇ ਉਸ ਚੌਥੀ ਰਿਪੋਰਟ ਦੇ ਵਿੱਚ, ਬਲਵਿੰਦਰ ਸਿੰਘ ਸੇਖੋਂ ਵਰਗਿਆਂ ਦਾ ਸਾਥ ਦਈਏ ਜਿਹੜੇ ਖੁੱਲ੍ਹ ਕੇ ਇਹ ਲੀਡਰਾਂ ਦੇ ਨਾਂ ਲੈਂਦੇ ਨੇ।
ਮੈਂ ਉਹਨਾਂ ਮਾਪਿਆਂ ਨੂੰ ਕਹਿਣਾ ਚਾਹੁੰਦਾ, ਜੇ 30 ਲੱਖ ਨੌਜਵਾਨ ਮਰਿਆ, 30 ਲੱਖ ਵਿੱਚੋਂ 15 ਲੱਖ ਮਾਪੇ ਸਾਡੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਖੜ ਜਾਣ, ਤਾਂ ਅਸੀਂ ਪੰਜਾਬ ਦੇ ਵਿੱਚ ਇੱਕ ਤਕੜੀ ਲੋਕ ਲਹਿਰ ਖੜੀ ਕਰ ਸਕਦੇ ਹਾਂ ਅਤੇ ਉਹਨਾਂ ਨੂੰ ਕਾਤਲਾਂ ਨੂੰ ਉਹਨਾਂ ਦੇ ਉਸ ਜਗ੍ਹਾ 'ਤੇ ਭੇਜ ਸਕਦੇ ਨੇ ਜਿਹੜਾ ਉਹਨਾਂ ਦਾ ਹੱਕ ਵਾ, ਜਿਹਨਾਂ ਸਲਾਖਾਂ ਦੇ ਪਿੱਛੇ। ਇਹਦੇ ਕਰਕੇ ਮਾਪਿਓ ਹੱਥ ਜੋੜ ਕੇ ਬੇਨਤੀ ਕਰਦੇ ਆ, ਜਿਹੜੇ ਲੱਖਾਂ ਨੌਜਵਾਨ ਹੁਣ ਚਿੱਟੇ ਦੀ ਵਰਤੋਂ ਕਰ ਰਹੇ ਨੇ, ਮਾਰੂ ਨਸ਼ਿਆਂ ਦੀ ਵਰਤੋਂ ਕਰ ਰਹੇ ਨੇ, ਜਿਨ੍ਹਾਂ ਦੇ ਮਾਂ ਪਿਓ ਇਹ ਰੋਜ਼ ਸੋਚਦੇ ਨੇ ਕਦੋਂ ਸਾਡੇ ਪੁੱਤ ਦੀ ਸਾਨੂੰ ਖਬਰ ਮਿਲੂਗੀ ਵੀ ਤੇਰਾ ਪੁੱਤ ਚਿੱਟੇ ਦਾ ਟੀਕਾ ਲਾ ਕੇ ਮਰ ਗਿਆ। ਤੁਸੀਂ ਉਹਨੂੰ ਬਚਾ ਸਕਦੇ ਹੋ ਮਾਪਿਓ, ਜਿਨ੍ਹਾਂ ਦੇ ਪੁੱਤ ਚਿੱਟੇ ਨਾਲ ਮਰੇ ਨੇ, ਸਾਡਾ ਸਾਥ ਦਿਓ, ਸਾਡਾ ਸਾਥ ਦਿਓ, ਅਸੀਂ ਇੱਕ ਲੋਕ ਲਹਿਰਾਂ ਬਣਾਈਏ ਪੰਜਾਬ ਦੇ ਵਿੱਚ, ਤਾਂ ਜੋ ਪੰਜਾਬ ਨਸ਼ਿਆਂ ਦੀ ਅਤੇ ਮੌਤ ਦੀ ਮੰਡੀ ਬਣਿਆ ਹੋਇਆ ਉਸ ਨੂੰ ਅਸੀਂ ਠੱਲ ਪਾ ਸਕੀਏ। ਫਿਰ ਬੇਨਤੀ ਕਰਦਾ ਵਾਂ ਉਹਨਾਂ ਮਾਪਿਆਂ ਨੂੰ ਜਿਨ੍ਹਾਂ ਦੇ 30 ਲੱਖ ਨੌਜਵਾਨ ਪੁੱਤ ਚਿੱਟੇ ਨੇ ਖਾ ਲਏ, ਚੁੱਪ ਕਰਕੇ ਨਾ ਤੁਸੀਂ ਘਰੇ ਬੈਠੋ, ਇਹ ਦੇਖੋ ਵੀ ਤੁਹਾਡੇ ਉਹ ਨੌਜਵਾਨਾਂ ਦੇ ਤੁਹਾਡੇ ਪੁੱਤਾਂ ਦੇ ਕਾਤਲ ਕੌਣ ਨੇ। ਹੱਥ ਜੋੜ ਕੇ ਬੇਨਤੀ ਕਰਦਾ ਵਾਂ ਵੀ ਸਾਡਾ ਸਾਥ ਦਿਓ, ਸਾਡਾ ਸਾਥ ਦਿਓ। 30 ਲੱਖ ਚੋਂ ਜੇ 10 ਲੱਖ ਪਰਿਵਾਰ ਵੀ ਸਾਡੇ ਨਾਲ ਖੜ ਜਾਵੇ, ਤਾਂ ਇਹੋ ਜਿਹੀ ਪੰਜਾਬ ਦੇ ਵਿੱਚ ਲੋਕ ਲਹਿਰ ਚਲਾਵਾਂਗੇ ਅਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਜਾਣ ਤੋਂ ਕੋਈ ਨਹੀਂ ਰੋਕ ਸਕਦਾ, ਜਿਨ੍ਹਾਂ ਨੇ 30 ਲੱਖ ਨੌਜਵਾਨਾਂ ਨੂੰ ਮਾਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਮਾਪਿਓ ਇਹੀ ਬੇਨਤੀ ਕਰਦਾ ਵਾਂ, ਜੇਕਰ ਤੁਸੀਂ ਇਸ ਦਰਦ ਨੂੰ ਮਹਿਸੂਸ ਕਰਦੇ ਹੋ, ਦਰਦ ਹੁੰਦਾ ਹੀ ਹੈ ਜਿਹਦਾ ਜਵਾਨ ਪੁੱਤ ਮਰਦਾ ਵਾ, ਪਰ ਹੁਣ ਤੁਸੀਂ ਦੂਜਿਆਂ ਦਾ ਵੀ ਦਰਦ ਮਹਿਸੂਸ ਕਰੋ, ਜਿਹੜੇ ਮਾਂ ਪਿਓ ਰੋਜ਼ ਦੇਖਦੇ ਨੇ, ਦੁਖੀ ਨੇ, ਆਪਣਾ ਦਰਦ ਕਿਸੇ ਨੂੰ ਦੱਸ ਨਹੀਂ ਸਕਦੇ, ਇਹ ਸੋਚਦੇ ਨੇ ਵੀ ਸਾਡੇ ਜਵਾਨ ਪੁੱਤ ਦੀ ਮਰਨ ਦੀ ਖਬਰ ਕਦੋਂ ਆਊਗੀ। ਸਾਡਾ ਸਾਥ ਦਿਓ 30 ਲੱਖ ਪਰਿਵਾਰੋ, ਜਿਨ੍ਹਾਂ ਦੇ ਪੁੱਤ ਚਿੱਟੇ ਨੇ ਖਾ ਲਏ। ਬਹੁਤ ਬਹੁਤ ਧੰਨਵਾਦ, ਪਿਆਰ ਭਰੀ ਸਤਿ ਸ਼੍ਰੀ ਅਕਾਲ।